TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਪੈਰਿਸ ਓਲੰਪਿਕ 'ਚੋਂ ਕਿਉਂ ਬਾਹਰ ਕੀਤੀ ਫੋਗਾਟ, ਵੱਡਾ ਖੁਲਾਸਾ। ਵਿਨੇਸ਼ ਫੋਗਾਟ ਦੇ ਮੁੱਦੇ ਲਈ ਜ਼ਿੰਮੇਵਾਰ ਕੌਣ? ਵਿਨੇਸ਼ ਫੋਗਾਟ ਨਾਲ ਵੱਡੀ ਸਾਜ਼ਿਸ਼, ਭਾਰਤੀ ਖਿਡਾਰੀ ਵਿਜੇਂਦਰ ਦੇ ਦਾਅਵੇ ਨੇ ਮਚਾਈ ਹਲਚਲ। ਬੇਅਦਬੀ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਦਾਅਵਾ। ਅਕਾਲੀ ਦਲ ਨੇ ਸੰਸਦੀ ਬੋਰਡ ਦਾ ਕੀਤਾ ਗਠਨ। ਰਾਘਵ ਚੱਡਾ ਨੇ ਕੇਂਦਰ ਨੂੰ ਸ਼੍ਰੀ ਨਨਕਾਣਾ ਸਾਹਿਬ ਤੱਕ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਨਾਲ ਗੱਲਬਾਤ ਦੀ ਕੀਤੀ ਅਪੀਲ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਿਲ ਕਰਾਂਗੇ। ਇਹਦੇ ਤੋਂ ਪਹਿਲਾਂ ਇਹਨਾਂ 'ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਅਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦਿਆਂ ਇਸ ਸਮੇਂ ਦੀ ਸਭ ਤੋਂ ਚਰਚਿਤ ਜਾਂ ਬਹੁਤ ਚਰਚਿਤ ਖਬਰ, ਵਿਨੇਸ਼ ਫੋਗਾਟ ਨੂੰ ਓਲੰਪਿਕ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਓਲੰਪਿਕ ਦੇ ਵਿੱਚ ਉਹਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਦੇ ਕੋਲੋਂ ਹਰ ਕਿਸੇ ਨੂੰ ਮੈਡਲ ਦੀ ਉਮੀਦ ਸੀ ਕਿਉਂਕਿ ਉਹ ਫਾਈਨਲ ਵਿੱਚ ਪਹੁੰਚ ਚੁੱਕੀ ਸੀ, ਗੋਲਡ ਜਾਂ ਚਾਂਦੀ ਪੱਕੀ ਸੀ। ਪਰ ਇਹ ਆਖ ਸਕਦੇ ਹਾਂ ਕਿ ਸਿਸਟਮ ਦਾ ਉਹ ਸ਼ਿਕਾਰ ਹੋ ਗਈ ਹੈ ਅਤੇ ਹਰ ਇੱਕ ਭਾਰਤੀ ਨੂੰ ਉਹਨਾਂ ਦੀ ਇਸ ਖਬਰ ਦੇ ਨਾਲ ਸਦਮਾ ਲੱਗਿਆ ਕਿਉਂਕਿ ਸੋਨ ਤਮਗੇ ਵਾਸਤੇ ਉਹਨੇ ਅੱਜ ਖੇਡ ਲੈਣਾ ਸੀ ਅਤੇ ਹੁਣ ਤੱਕ ਖਬਰਾਂ ਆ ਚੁੱਕੀਆਂ ਹੋਣੀਆਂ ਸੀ ਅਤੇ 50 ਕਿਲੋ ਭਾਰ ਵਰਗ ਦੇ ਵਿੱਚ ਅਮਰੀਕਾ ਦੀ ਸਾਰਾ ਹਿਲਡਰੀ ਬ੍ਰਾਂਟ ਨਾਲ ਉਹਦਾ ਮੁਕਾਬਲਾ ਹੋਣਾ ਸੀ। ਪਰ ਅਚਨਚੇਤ ਓਲੰਪਿਕ ਨਿਯਮਾਂ ਦੇ ਮੁਤਾਬਕ ਉਸਦਾ ਵਜ਼ਨ ਜਦੋਂ ਤੋਲਿਆ ਗਿਆ ਤਾਂ 50 ਕਿਲੋ ਤੋਂ 100 ਗ੍ਰਾਮ ਉਹਦਾ ਵਜ਼ਨ ਵੱਧ ਪਾਇਆ ਗਿਆ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕਦੇ ਸਿਸਟਮ ਨਾਲ ਲੜੀ ਅਤੇ ਕਦੇ ਭਲਵਾਨਾਂ ਨਾਲ ਲੜੀ। ਲੋਕ ਉਹਨੂੰ ਅੱਜ ਵੀ ਕਹਿ ਰਹੇ ਨੇ ਕਿ ਉਹ ਜੇਤੂ ਹੈ ਅਤੇ ਸਦੀਵ ਜੇਤੂ ਰਹੇਗੀ, ਪਰ ਪੁੱਛ ਕੇ ਵੇਖੋ ਕਿ ਅੰਦਰੋਂ ਉਹ ਕਿੰਨੀ ਟੁੱਟੀ ਹੋਣੀ ਹੈ। ਹੁਣ ਓਲੰਪਿਕ ਦੇ ਵਿੱਚੋਂ 100 ਗ੍ਰਾਮ ਵਜ਼ਨ ਕੀ ਮਾਇਨੇ ਰੱਖਦਾ? ਇਹਦੇ ਬਹੁਤ ਸਾਰੇ ਸਵਾਲ ਨੇ, ਮੈਂ ਕੋਸ਼ਿਸ਼ ਕਰੂੰਗਾ ਕਿ ਇਕੱਲੇ ਇਕੱਲੇ ਸਵਾਲ ਦੇ ਉੱਤੇ ਆਪਾਂ ਗੱਲ ਕਰੀਏ। ਸਭ ਤੋਂ ਪਹਿਲੀ ਤਾਂ ਗੱਲ ਇਹ ਕਿ ਓਲੰਪਿਕ ਦੇ ਵਿੱਚ ਮੁੱਖ ਤੌਰ 'ਤੇ 3 ਭਾਰ ਵਰਗ ਹੁੰਦੇ ਹੈ, ਉਹਨਾਂ ਵਿੱਚ ਭਾਰ ਚੁੱਕਣ ਦਾ, ਮੁੱਕੇਬਾਜ਼ੀ 'ਚ ਅਤੇ ਕੁਸ਼ਤੀ 'ਚ। ਕੁਸ਼ਤੀ ਦੇ ਵਿੱਚ ਵੀ ਪੁਰਸ਼ਾਂ ਅਤੇ ਔਰਤਾਂ ਲਈ 6 ਵੱਖ ਵੱਖ ਭਾਰ ਵਰਗ ਹੁੰਦੇ ਹੈ। ਵਿਨੇਸ਼ ਫੋਗਾਟ 50 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਖੇਡ ਰਹੀ ਸੀ। ਹਰੇਕ ਭਾਰ ਵਰਗ ਦਾ ਕੁਸ਼ਤੀ ਮੁਕਾਬਲਾ 2 ਦਿਨ ਚੱਲਦਾ, ਭਾਵ ਜਿਹੜਾ ਵੀ ਭਲਵਾਨ ਫਾਈਨਲ ਜਾਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਿਹਾ ਹੁੰਦਾ ਉਹਦਾ ਭਾਰ 2 ਦਿਨ ਤੋਲਿਆ ਜਾਂਦਾ। 2017 ਤੱਕ ਇੱਕ ਵਰਗ ਦੇ ਸਾਰੇ ਮੈਚ ਇੱਕੋ ਹੀ ਦਿਨ ਕਰ ਦਿੱਤੇ ਜਾਂਦੇ ਸੀ। ਜੇ ਕਿਤੇ 2017 ਵਾਲਾ ਰੂਲ ਹੁੰਦਾ ਤਾਂ ਫਿਰ ਇਹ ਦੁਬਾਰਾ ਵਜ਼ਨ ਤੋਲਿਆ ਨਹੀਂ ਸੀ ਜਾਣਾ ਅਤੇ ਅੱਜ ਹੋ ਸਕਦਾ ਕਿ ਗੋਲਡ ਮੈਡਲ ਚੁੰਮ ਰਹੀ ਹੁੰਦੀ ਵਿਨੇਸ਼ ਫੋਗਾਟ। ਪਰ ਉਦੋਂ ਇੱਕੋ ਹੀ ਸਮੇਂ ਇਹ ਸਾਰੇ ਮੈਚ ਕਰਾ ਦਿੱਤੇ ਜਾਂਦੇ ਸੀ, ਇੱਕੋ ਦਿਨ ਹੁੰਦੇ ਸੀ ਅਤੇ ਉਸ ਸਮੇਂ ਭਾਰ ਵੀ ਸਿਰਫ ਇੱਕ ਵਾਰ ਤੋਲਿਆ ਜਾਂਦਾ ਸੀ। ਪਹਿਲੇ ਦਿਨ ਦੀ ਖੇਡ ਤੋਂ ਪਹਿਲਾਂ ਸਵੇਰੇ ਭਲਵਾਨਾਂ ਦਾ ਭਾਰ ਤੋਲਿਆ ਜਾਂਦਾ ਅਤੇ ਇਸ ਦੌਰਾਨ ਉਹਨਾਂ ਨੂੰ 30 ਮਿੰਟ ਮਿਲਿਆ ਕਰਦੇ ਹੈ। ਉਹ ਜਿੰਨੀ ਵਾਰ ਚਾਹੁਣ ਸਕੇਲ 'ਤੇ ਜਾ ਸਕਦੇ ਹੈ ਅਤੇ ਪਹਿਲੇ ਦਿਨ ਵਿਨੇਸ਼ ਫੋਗਾਟ ਦਾ ਭਾਰ ਸੀ ਜਿਹੜਾ ਉਹ 50 ਕਿਲੋਗ੍ਰਾਮ ਤੋਂ ਘੱਟ ਸੀ।
ਜਦੋਂ ਦੂਜੇ ਦਿਨ ਦੇ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਲੇ ਭਲਵਾਨਾਂ ਦਾ ਭਾਰ ਸਵੇਰ ਵਕਤ ਤੋਲਿਆ ਗਿਆ ਤਾਂ ਦੂਜੇ ਦਿਨ ਸਿਰਫ 15 ਮਿੰਟ ਮਿਲਦੇ ਆ ਭਲਵਾਨਾਂ ਨੂੰ। ਇਸ ਸਮੇਂ ਦੌਰਾਨ ਉਹ ਜਿੰਨੀ ਵਾਰ ਚਾਹੁਣ ਸਕੇਲ ਲੈ ਸਕਦੇ ਆ। ਦੂਜੇ ਦਿਨ ਵਿਨੇਸ਼ ਫਗਾੜ ਦਾ ਵਜ਼ਨ ਤੋਲਿਆ ਗਿਆ ਕੀਤਾ ਗਿਆ ਤਾਂ 50 ਕਿਲੋ ਤੋਂ 100 ਗ੍ਰਾਮ ਵੱਧ ਪਾਇਆ ਗਿਆ। ਭਲਵਾਨ ਮੁਕਾਬਲੇਬਾਜ਼ਾਂ ਨੂੰ ਤੋਲਣ ਵੇਲੇ ਸਿਰਫ ਸਿੰਗਲ ਪਹਿਨ ਸਕਦੇ ਆ, ਉਹ ਭਾਵ ਜਿਹੜਾ ਪਹਿਰਾਵਾ ਉਹਨਾਂ ਨੇ ਪਹਿਨ ਕੇ ਭਲਵਾਨੀ ਕਰਨੀ ਹੁੰਦੀ ਹੈ ਅਤੇ ਉਹੀ ਉਸ ਵਕਤ ਪਹਿਨਿਆ ਹੋ ਸਕਦਾ। ਇਸ ਦੌਰਾਨ ਇਹ ਵੀ ਜਾਂਚ ਕੀਤੀ ਜਾਂਦੀ ਹੈ ਕਿ ਕੀ ਕਿਸੇ ਖਿਡਾਰੀ ਦੇ ਵਿੱਚ ਕੋਈ ਛੂਤ ਵਾਲੀ ਬਿਮਾਰੀ ਦੇ ਲੱਛਣ ਤਾਂ ਨਹੀਂ। ਉਹਦੇ ਨਹੁੰਾਂ ਦੀ ਜਾਂਚ ਕੀਤੀ ਜਾਂਦੀ ਹੈ, ਕੋਈ ਕੱਟੇ ਹੋਏ ਆ, ਛੋਟੇ ਹੋਣੇ ਚਾਹੀਦੇ ਆ। ਯੂਨਾਈਟਿਡ ਵਰਲਡ ਰੈਸਿੰਗ ਲਈ ਜਿਹੜੇ ਅਧਿਕਾਰੀ ਹੁੰਦੇ ਨੇ, ਭਾਵ UWW ਦੇ ਅਧਿਕਾਰੀ, ਇਹ ਵਜ਼ਨ ਤੋਲਦੇ ਆ। ਸਾਰੀ ਪ੍ਰਕਿਰਿਆ ਦੀ ਉਸ ਵਕਤ ਵੀਡੀਓ ਵੀ ਰਿਕਾਰਡ ਕੀਤੀ ਜਾਂਦੀ ਹੈ ਅਤੇ ਡਾਟਾ ਕੰਪਿਊਟਰ 'ਤੇ ਵੀ ਰਿਕਾਰਡ ਕੀਤਾ ਜਾਂਦਾ। ਯੂਨਾਈਟਿਡ ਵਰਲਡ ਰੈਸਲਿੰਗ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਹੀ ਕੋਈ ਖਿਡਾਰੀ ਰਿੰਗ ਦੇ ਵਿੱਚ ਪ੍ਰਵੇਸ਼ ਕਰ ਸਕਦਾ। ਹੁਣ ਇੱਥੇ ਸਭ ਤੋਂ ਮਹੱਤਵਪੂਰਨ ਸਵਾਲ ਉਪਜਦਾ ਕਿ ਕੀ 100 ਗ੍ਰਾਮ ਵਜ਼ਨ ਦੇ ਨਾਲ ਕੋਈ ਫਰਕ ਪੈਂਦਾ, ਕੀ ਰਿਆਇਤ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਇਹ ਹਰ ਇੱਕ ਦੀ ਜ਼ੁਬਾਨ 'ਤੇ ਸਵਾਲ ਹੈ। ਅਸਲ ਦੇ ਵਿੱਚ ਖੇਡਾਂ ਦੀ ਦੁਨੀਆ ਦੇ ਵਿੱਚ, ਖਾਸ ਕਰਕੇ ਜਦੋਂ ਹੁਣ ਜ਼ਿਕਰ ਓਲੰਪਿਕ ਦਾ ਹੋ ਰਿਹਾ, ਉੱਥੇ 10 ਗ੍ਰਾਮ ਵਜ਼ਨ ਵੀ ਕਹਿੰਦੇ ਮੈਨੇ ਰੱਖਦਾ। ਭਾਰ ਵਰਗ ਇਸ ਲਈ ਬਣਾਇਆ ਗਿਆ ਤਾਂ ਜੋ ਹਰ ਇੱਕ ਉਸ ਭਾਰ ਵਰਗ ਦਾ ਹੀ ਉਹਦੇ ਵਿੱਚ ਹਿੱਸਾ ਲੈ ਸਕੇ ਅਤੇ ਨਿਰਪੱਖ ਖੇਡਿਆ ਜਾ ਸਕੇ। ਜਦੋਂ ਇੱਕੋ ਜਿਹੇ ਭਾਰ ਵਰਗ ਵਾਲੇ ਖਿਡਾਰੀ ਖੇਡਦੇ ਆ ਤਾਂ ਦੋਵਾਂ ਦੀ ਫਿਰ ਉੱਥੇ ਜਿੱਤ ਹਾਰ ਦੇ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਭਾਰੂ ਸੀ, ਇਹ ਹੌਲਾ ਸੀ। ਜੇਕਰ ਕਿਸੇ ਦਾ ਭਾਰ 100 ਗ੍ਰਾਮ ਵੱਧ ਹੈ ਤਾਂ ਇਹ ਸਾਬਤ ਹੁੰਦਾ ਕਿ ਉਹ 100 ਗ੍ਰਾਮ ਹੋਰ ਜ਼ੋਰ ਲਗਾ ਰਿਹਾ, ਭਾਵ ਉਹ ਖਿਡਾਰੀ ਹਿੱਸਾ ਨਹੀਂ ਲੈ ਸਕਦਾ ਜੋ ਵਿਨੇਸ਼ ਫੋਗਾਟ ਨਾਲ ਹੋਇਆ। ਹੁਣ ਫਿਰ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਖਿਡਾਰੀ ਆਪਣੇ ਭਾਰ ਤੋਂ ਵੱਧ ਭਾਰ ਵਰਗ ਵਾਲੇ ਖੇਡ ਦੇ ਵਿੱਚ ਜਾ ਸਕਦੇ ਹੈ? ਹਾਂ, ਜੇ ਇਹ ਹੈ, ਜੇਕਰ ਕੋਈ ਖਿਡਾਰੀ ਆਪਣੇ ਨਿਰਧਾਰਿਤ ਵਜ਼ਨ ਤੋਂ ਉਹਦਾ ਵਜ਼ਨ ਵੱਧ ਜਾਂਦਾ ਤਾਂ ਉਹ ਅਗਲੀਆਂ ਦੋ ਸ਼੍ਰੇਣੀਆਂ ਦੇ ਵਿੱਚ ਖੇਡ ਸਕਦਾ। ਇਹਦੇ ਲਈ ਉਹਨੂੰ ਆਪਣੇ ਅਸਲ ਵਜ਼ਨ ਤੋਂ 1 ਗ੍ਰਾਮ ਜ਼ਿਆਦਾ ਵਜ਼ਨ ਦਿਖਾਉਣਾ ਪੈਂਦਾ, ਭਾਵ ਜੇ 50 ਕਿਲੋਗ੍ਰਾਮ ਅਤੇ 10 ਗ੍ਰਾਮ ਵੀ ਵੱਧ ਗਿਆ, 1 ਗ੍ਰਾਮ ਵੀ ਵੱਧ ਗਿਆ, 100 ਗ੍ਰਾਮ ਵੱਧ ਗਿਆ ਤਾਂ ਉਹ 53 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡ ਸਕਦਾ। ਪਰ ਵਿਨੇਸ਼ ਫੋਗਾਟ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਣਾ, ਕਿਉਂਕਿ ਓਲੰਪਿਕ ਦਾ ਰੂਲ ਹੈ ਕਿਹੜਾ ਖਿਡਾਰੀ ਕਿਸ ਭਾਰ ਵਰਗ ਵਿੱਚ ਖੇਡੇਗਾ, ਇਹ ਪਹਿਲਾਂ ਤੈਅ ਕਰ ਦਿੱਤਾ ਜਾਂਦਾ। ਜੇਕਰ ਵਿਨੇਸ਼ ਫੋਗਾਟ ਦਾ ਜ਼ਿਆਦਾ ਭਾਰ ਕਰਨ ਅਯੋਗ ਹੋ ਗਿਆ ਤਾਂ ਇਹ ਨਹੀਂ ਕਿ ਉਹ 50 ਕਿਲੋਗ੍ਰਾਮ ਦੀ ਬਜਾਏ ਹੁਣ 53 ਕਿਲੋ ਭਾਰ ਵਰਗ ਵਿੱਚ ਕੁਸ਼ਤੀ ਲੜ ਸਕਦੀ ਹੈ, ਕਿਉਂਕਿ ਪਹਿਲਾਂ ਤੈਅ ਹੋ ਚੁੱਕਾ ਸੀ ਕਿ ਉਹ 50 ਕਿਲੋਗ੍ਰਾਮ ਭਾਰ ਵਰਗ ਵਿੱਚ ਕੁਸ਼ਤੀ ਲੜੇਗੀ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਇਹ ਕਿਵੇਂ ਖਿਡਾਰੀ ਸੋਚਦਾ ਕਿ ਮੈਂ 50 ਕਿਲੋ 'ਚ, ਮੈਂ 53 ਕਿਲੋ 'ਚ ਕਿਹੜੇ ਵਜ਼ਨ 'ਚ ਖੇਡਣਾ। ਅਸਲ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਇਹ ਤੈਅ ਕੀਤਾ ਜਾਂਦਾ ਕਿ ਕਿਹੜਾ ਭਲਵਾਨ ਕਿਸ ਵਰਗ ਵਿੱਚ ਜਾਏਗਾ। ਸੰਬੰਧਿਤ ਸ਼੍ਰੇਣੀ ਦੇ ਵਿੱਚ ਇੱਕ ਭਲਵਾਨ ਆਪਣੇ ਜ਼ਿਲ੍ਹੇ ਤੋਂ ਸੂਬੇ, ਸੂਬੇ ਤੋਂ ਰਾਸ਼ਟਰੀ ਅਤੇ ਰਾਸ਼ਟਰੀ ਤੋਂ ਓਲੰਪਿਕ ਵਾਸਤੇ ਫਿਰ ਕੁਆਲੀਫਾਈ ਕਰਦਾ। ਦੇਸ਼ ਦੇ ਵਿੱਚ ਕੁਸ਼ਤੀ ਫੈਡਰੇਸ਼ਨ ਵਜ਼ਨ ਅਤੇ ਮੈਡੀਕਲ ਕਰਵਾਉਂਦੀ ਹੈ। 50 ਕਿਲੋ ਵਰਗ ਵਿੱਚ ਉਹ ਲੜੇਗਾ ਫਿਰ ਦੱਸਿਆ ਜਾਂਦਾ। ਇੱਕ ਜ਼ਿਲ੍ਹੇ ਦੇ 10 ਖਿਡਾਰੀ ਹੁੰਦੇ ਨੇ, ਜੋ ਵੀ ਇਹਨਾਂ 9 ਖਿਡਾਰੀਆਂ ਨੂੰ ਹਰਾ ਦਿੰਦਾ ਸੂਬੇ ਪੱਧਰ 'ਤੇ ਉਹ ਜਾਂਦਾ। ਫਿਰ ਰਾਜ ਪੱਧਰ 'ਤੇ ਹਰ ਜ਼ਿਲ੍ਹੇ 'ਚੋਂ ਜੇਤੂ ਭਲਵਾਨ ਆਉਂਦੇ ਆ ਅਤੇ ਇੱਥੋਂ ਦਾ ਜੇਤੂ ਫਿਰ ਰਾਸ਼ਟਰੀ ਪੱਧਰ 'ਤੇ ਖੇਡਦਾ। ਰਾਸ਼ਟਰੀ ਪੱਧਰ 'ਤੇ ਹਰੇਕ ਰਾਜ ਦੇ ਚੁਣੇ ਹੋਏ ਭਲਵਾਨਾਂ ਦੇ ਵਿਚਕਾਰ ਮੁਕਾਬਲਾ ਹੁੰਦਾ ਅਤੇ ਦੇਸ਼ ਦੇ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਭਲਵਾਨ ਫਿਰ ਓਲੰਪਿਕ ਵਾਸਤੇ ਕੁਆਲੀਫਾਈ ਕਰਦਾ। ਅਤੇ ਹੁਣ ਅਗਲਾ ਸਵਾਲ ਇਹ ਹੈ ਕਿ ਜੇਕਰ ਕੋਈ ਖਿਡਾਰੀ ਆਪਣਾ ਭਾਰ ਬਦਲਣਾ ਚਾਹੁੰਦਾ
ਕਿਉਂਕਿ ਉਹਦਾ 50 ਕਿਲੋਗ੍ਰਾਮ ਭਾਰ ਵਰਗ ਸੀ ਕਿ ਉਹ ਕਿਸੇ ਹੋਰ ਭਾਰ ਵਰਗ ਵਿੱਚ ਖੇਡ ਸਕਦਾ ਕਿ ਨਹੀਂ, ਫਿਰ ਉਹਨੂੰ ਕੀ ਕਰਨਾ ਪੈਂਦਾ। ਅਸਲ ਦੇ ਵਿੱਚ ਰੂਲ ਇਹ ਕਹਿੰਦਾ ਹੈ, ਯੂਨਾਈਟਿਡ ਵਰਲਡ ਰੈਸਲਿੰਗ ਦੇ ਅੰਤਰਰਾਸ਼ਟਰੀ ਕੁਸ਼ਤੀ ਦੇ ਕੁਝ ਨਿਯਮ ਨੇ, ਉਹਨਾਂ ਨਿਯਮਾਂ ਦੇ ਅਨੁਸਾਰ ਖਿਡਾਰੀ ਆਪਣੇ ਮੌਜੂਦਾ ਭਾਰ ਦੇ ਨਾਲੋਂ ਅਗਲੇ ਭਾਰ ਵਰਗ ਵਿੱਚ ਖੇਡ ਸਕਦੇ ਹੈ। ਭਾਰੀ ਵਜ਼ਨ ਵਰਗ ਵਿੱਚ ਛੋਟ ਹੈ, ਭਾਰੀ ਭਾਰ ਵਰਗ ਵਿੱਚ ਖੇਡਣ ਲਈ ਪੁਰਸ਼ ਖਿਡਾਰੀ ਦਾ ਭਾਰ 97 ਕਿਲੋਗ੍ਰਾਮ ਵੱਧ ਤੋਂ ਵੱਧ ਅਤੇ ਮਹਿਲਾ ਖਿਡਾਰੀ ਦਾ ਭਾਰ 72 ਕਿਲੋ ਤੋਂ ਵੱਧ ਹੋਣਾ ਚਾਹੀਦਾ। ਹੁਣ ਜਿਹਨੂੰ ਹੋਰ ਮੈਂ ਸੁਖਾਲਾ ਕਰਨਾ ਹੋਵੇ, ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਮਹਿਲਾ ਖਿਡਾਰੀਆਂ ਦਾ ਭਾਰ 52 ਕਿਲੋ ਹੈ ਤਾਂ ਉਹ 53 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡ ਸਕਦੀ ਹੈ। ਪਰ ਇਹਦੇ ਲਈ ਉਸਨੂੰ ਪਹਿਲਾਂ ਤੋਂ ਸੂਚਿਤ ਕਰਨਾ ਪਏਗਾ, ਜਿਸ ਲਈ ਇੱਕ ਪੂਰੀ ਪ੍ਰਕਿਰਿਆ, ਇਹ ਨਹੀਂ ਕਿ ਪਹਿਲਾਂ ਉਹ ਗਈ 50 ਕਿਲੋਗ੍ਰਾਮ ਵਾਸਤੇ ਹੈ ਪਰ ਉੱਥੇ ਜਾ ਕੇ ਕਹੇ ਮੈਂ ਹੁਣ 53 ਕਿਲੋਗ੍ਰਾਮ 'ਚ ਖੇਡਣਾ, ਇਹ ਨਹੀਂ ਹੁੰਦਾ। ਹੁਣ ਜੋ ਵਿਨੇਸ਼ ਨਾਲ ਹੋ ਗਿਆ ਕਿ ਜੇਕਰ ਕੋਈ ਖਿਡਾਰੀ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਕਿ ਇਹਦਾ ਕਿਸੇ ਹੋਰ ਖਿਡਾਰੀ 'ਤੇ ਪ੍ਰਭਾਵ ਪੈਂਦਾ, ਕਿਉਂਕਿ ਵੱਖ ਵੱਖ ਪੜਾਵਾਂ 'ਤੇ ਵੱਖ ਵੱਖ ਪ੍ਰਭਾਵ ਹੋ ਸਕਦੇ ਹੈ। ਜੇ ਮੈਂ ਉਚੇਚੇ ਤੌਰ 'ਤੇ ਵਿਨੇਸ਼ ਫੁਗਾੜ ਦੀ ਗੱਲ ਕਰਾਂ ਤਾਂ ਸੋਨ ਤਮਗੇ ਦੀ ਲੜਾਈ ਹੁਣ ਅਮਰੀਕੀ ਭਲਵਾਨ ਸਾਰਾ ਅਤੇ ਕਿਊਬਾ ਦੀ ਭਲਵਾਨ ਲੋਪੇਜ ਵਿਚਕਾਰ ਹੋਣੀ ਹੈ। ਓਲੰਪਿਕ ਆਯੋਜਕਾਂ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਇਹ ਆਖ ਦਿੱਤਾ ਕਿ ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਦੀ ਧਾਰਾ 11 ਦੇ ਮੁਤਾਬਕ ਵਿਨੇਸ਼ ਨੂੰ ਸੈਮੀਫਾਈਨਲ ਵਿੱਚ ਉਸ ਤੋਂ ਹਾਰਨ ਵਾਲੀ ਭਲਵਾਨ ਦੀ ਥਾਂ ਦਿੱਤੀ ਜਾਏਗੀ। ਇਹਦੇ ਲਈ ਜੂਸਨੇਲਿਸ ਗੁਜ਼ਮੇਨ ਲੋਪੇਜ ਫਾਈਨਲ ਵਿੱਚ ਖੇਡੇਗੀ। ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਜਪਾਨੀ ਭਲਵਾਨ ਯੂਈ ਸੁਸਾਕੀ ਅਤੇ ਯੂਕਰੇਨ ਦੀ ਓਕਸਾਨਾ ਦੇ ਵਿਚਕਾਰ ਕਾਂਸੀ ਦੇ ਤਮਗੇ ਵਾਸਤੇ ਮੁਕਾਬਲਾ ਹੋਏਗਾ। ਤੁਸੀਂ ਇਹ ਦੇਖੋ ਕਿ ਸੁਸਾਕੀ ਸ਼ੁਰੂਆਤ ਦੌਰ ਦੇ ਵਿੱਚ ਹੀ ਵਿਨੇਸ਼ ਤੋਂ ਹਾਰ ਗਈ ਸੀ ਅਤੇ ਮੁਕਾਬਲੇ 'ਚੋਂ ਬਾਹਰ ਹੋ ਗਈ ਸੀ। ਓਕਸਾਨਾ ਕੁਆਟਰ ਫਾਈਨਲ 'ਚ ਵਿਨੇਸ਼ ਤੋਂ ਹਾਰ ਗਈ ਸੀ, ਭਾਵ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਵਿਨੇਸ਼ ਫੁਗਾਟ ਦਾ। ਹੁਣ ਅਗਲਾ ਸਵਾਲ ਹੈ ਕਿ ਕੀ ਵਿਨੇਸ਼ ਫੁਗਾਟ ਨੂੰ ਦੁਬਾਰਾ ਮੌਕਾ ਮਿਲੂਗਾ? ਨਹੀਂ। ਜਿਹੜੇ ਓਲੰਪਿਕ ਦੇ ਨਿਯਮ ਨੇ ਉਹਨਾਂ ਦੇ ਮੁਤਾਬਕ ਇੱਕ ਵਾਰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਖਿਡਾਰੀ ਨੂੰ ਦੂਸਰਾ ਮੌਕਾ ਨਹੀਂ ਦਿੱਤਾ ਜਾਂਦਾ। ਇਸ ਲਈ ਵਿਨੇਸ਼ ਫੁਗਾਟ ਪੈਰਿਸ ਓਲੰਪਿਕ ਦੇ ਵਿੱਚ ਹੁਣ ਦੁਬਾਰਾ ਨਹੀਂ ਖੇਡੇਗੀ। ਉਹਨੂੰ ਭਾਵ ਭਾਰਤ ਖਾਲੀ ਹੱਥ ਪਰਤਣਾ ਪਏਗਾ, ਜਿਹੜੀ ਕਿ ਚਾਂਦੀ ਜਾਂ ਗੋਲਡ ਲੈ ਕੇ ਪਰਤਣ ਵਾਲੀ ਸੀ। ਹੁਣ ਫਿਰ ਆਹ ਸਾਰਾ ਤਾਂ ਮੈਂ ਤੁਹਾਨੂੰ ਦੱਸਿਆ ਕਿ ਨਿਯਮ ਕੀ ਕਹਿੰਦੇ ਹੈ, ਓਲੰਪਿਕ ਕਮੇਟੀ ਨੇ ਕੀ ਆਖਿਆ ਹੈ, ਪਰ ਹੁਣ ਸਵਾਲ ਹੈ ਕਿ ਇਹਦੇ ਵਾਸਤੇ ਫਿਰ ਜ਼ਿੰਮੇਵਾਰ ਕੌਣ ਹੈ? ਕਿ ਵਿਨੇਸ਼ ਫੁਗਾਟ ਜਾਂ ਕੋਈ ਹੋਰ? ਅਸਲ ਦੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੇ ਸੰਜੇ ਸਿੰਘ, ਉਹਨਾਂ ਨੇ ਵਿਨੇਸ਼ ਫੁਗਾਟ ਦੇ ਪੈਰਿਸ ਓਲੰਪਿਕ ਤੋਂ ਅਚਾਨਕ ਬਾਹਰ ਕੀਤੇ ਜਾਣ ਤੋਂ ਬਾਅਦ ਉਹਦੇ ਨਾਲ ਜੁੜੇ ਸਹਿਯੋਗੀ ਸਟਾਫ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਉਹਨਾਂ ਨੇ ਫਾਈਨਲ ਤੋਂ ਪਹਿਲਾਂ ਫੁਗਾਟ ਦੇ ਭਾਰ ਨੂੰ ਬਰਕਰਾਰ ਰੱਖਣ ਦੇ ਵਿੱਚ ਅਸਫਲ ਰਹਿਣ ਦੀ ਉਹਨਾਂ ਦੀ ਆਲੋਚਨਾ ਕੀਤੀ ਹੈ। ਉਹ ਕਹਿੰਦੇ ਸਵੀਕਾਰਨ ਵਾਲੀ ਗੱਲ ਨਹੀਂ ਹੈ। ਸੰਜੇ ਸਿੰਘ ਨੇ ਜਾਣਕਾਰੀ ਦਿੱਤੀ ਹੈ, ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਿਨੇਸ਼ ਦਾ ਕੋਈ ਕਸੂਰ ਨਹੀਂ ਹੈ, ਉਹ ਤਾਂ ਆਪਣਾ ਖੇਡਣਾ ਸੀ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ। ਕੋਚ, ਸਹਾਇਕ ਸਟਾਫ, ਫੀਜੀਓ ਵਾਲੇ ਜਾਂ ਜਿਨ੍ਹਾਂ ਨੂੰ ਖੁਰਾਕ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ, ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਹਰ ਸਮੇਂ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕਦਾ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜੋ ਵਾਪਰ ਚੁੱਕੀ ਹੈ। ਇਹ ਕਿਵੇਂ ਹੋਇਆ, ਕਿਉਂ ਹੋਇਆ, ਭਾਰ ਉਹਦਾ ਕਿਉਂ ਵੱਧ ਗਿਆ, ਉਹ ਕਹਿੰਦੇ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਹ ਕਹਿੰਦੇ ਮੈਂ ਭਾਰਤ ਸਰਕਾਰ ਨੂੰ ਸਾਰੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਬੇਨਤੀ ਕਰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਿਨੇਸ਼ ਫੁਗਾਟ ਦੀ ਮੈਂ ਆਖਿਆ ਸੀ ਕਿ ਨਰਮੀ ਵਰਤੀ ਜਾਵੇ,
ਅਤੇ ਭਾਰਤ ਦੇ ਭਾਰਤੀ 올림픽 ਸੰਘ ਅਤੇ ਯੂਨਾਈਟਿਡ ਵਰਲਡ ਰੈਸਲਿੰਗ ਦੇ ਅਧਿਕਾਰੀਆਂ ਤੱਕ ਉਹਨਾਂ ਨੇ ਪਹੁੰਚ ਵੀ ਕੀਤੀ ਸੀ। ਹਾਲਾਂਕਿ ਉਹਨਾਂ ਨੂੰ ਜਿਹੜੀ ਅਪੀਲ ਕੀਤੀ ਗਈ ਸੀ ਉਹਨੂੰ ਰੱਦ ਕਰ ਦਿੱਤਾ ਗਿਆ, ਭਾਵ ਵਿਨੇਸ਼ ਫੋਗਾਟ ਨੂੰ ਢਿੱਲ ਨਹੀਂ ਦਿੱਤੀ ਗਈ। ਹੁਣ ਵਿਨੇਸ਼ ਫੋਗਾਟ ਦੇ ਨਾਲ ਬਹੁਤ ਸਾਰੇ ਲੋਕ ਕਹਿੰਦੇ ਆ ਸਾਜਿਸ਼ ਹੋਈ ਹੈ। ਇੱਕ ਪਾਸੇ ਤੋਂ ਪਹਿਲਾਂ ਭਾਰਤ ਦੇ ਸਿਸਟਮ ਨਾਲ ਲੜਦੀ ਗਈ ਹੈ, ਮਾਨਸਿਕ ਤੌਰ 'ਤੇ ਵੀ, ਅਤੇ ਹੁਣ ਇੱਕ ਵਾਰੀ ਫਿਰ ਦੁਬਾਰਾ ਉਹਦੇ ਉੱਤੇ ਵੱਡਾ ਹੱਲਾ ਹੋਇਆ। ਇੱਕ ਸਾਬਕਾ ਭਾਰਤੀ ਖਿਡਾਰੀ ਨੇ, ਉਹਨਾਂ ਦਾ ਇੱਕ ਦਾਅਵਾ ਹੈ ਅਤੇ ਉਹਨੇ ਹਲਚਲ ਮਚਾ ਦਿੱਤੀ ਹੈ। ਅਸਲ ਦੇ ਵਿੱਚ ਜਦੋਂ ਤੋਂ ਇਹ ਖਬਰ ਮਿਲੀ ਕਿ ਵਿਨੇਸ਼ ਫੋਗਾਟ ਅਯੋਗ ਠਹਿਰਾ ਦਿੱਤੀ ਗਈ ਹੈ, ਉਹਦੇ ਤੋਂ ਬਾਅਦ ਉਹਦੇ ਪ੍ਰਸ਼ੰਸਕਾਂ ਦੇ ਵਿੱਚ ਗੁੱਸਾ ਹੈ। ਭਾਰਤੀ ਖੇਡ ਪ੍ਰਸ਼ੰਸਕ ਇਸ ਘਟਨਾ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪੋ ਆਪਣੇ ਵਿਚਾਰ ਪ੍ਰਗਟਾ ਰਹੇ ਨੇ। ਹਰ ਇੱਕ ਸੋਸ਼ਲ ਮੀਡੀਆ ਇਸ ਵਕਤ ਭਰਿਆ ਪਿਆ। ਇਸੇ ਦੌਰਾਨ ਭਾਰਤ ਲਈ 올림픽 ਦੇ ਵਿੱਚ ਤਮਗਾ ਜਿੱਤਣ ਵਾਲੇ ਅਨੁਭਵੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵਿਜੇਂਦਰ ਸਿੰਘ ਨੇ ਕਿਹਾ ਕਿ ਇਹ ਧੱਕਾ ਹੋਇਆ, ਇਹ ਸਾਜਿਸ਼ ਹੋਈ ਹੈ ਅਤੇ ਉਹਨਾਂ ਦਾ ਇਹ ਬਿਆਨ ਹਲਚਲ ਪੈਦਾ ਕਰੂਗਾ। ਵਿਜੇਂਦਰ ਸਿੰਘ ਨੇ ਦੋਸ਼ ਲਾਇਆ ਕਿ ਵਿਨੇਸ਼ ਫੋਗਾਟ ਨੂੰ 올림픽 ਤੋਂ ਅਯੋਗ ਠਹਿਰਾਉਣਾ ਦਰਅਸਲ ਇੱਕ ਡੂੰਘੀ ਸਾਜਿਸ਼ ਹੈ, ਕਿਉਂਕਿ ਉਸ ਵਰਗੇ ਉੱਚੇ ਪੱਧਰ ਦੇ ਖਿਡਾਰੀ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਭਾਰ ਘਟਾਉਣ ਦੀ ਤਕਨੀਕ ਚੰਗੀ ਤਰ੍ਹਾਂ ਜਾਣਦੇ ਆ। ਉਹ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਕਿ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਦਾ ਭਾਰ ਸਿਰਫ 100 ਗ੍ਰਾਮ ਵੱਧ ਨਿਕਲਿਆ। ਵਿਨੇਸ਼ ਨੇ 올림픽 ਦੇ ਫਾਈਨਲ ਦੇ ਵਿੱਚ ਪਹੁੰਚ ਕੇ ਇਤਿਹਾਸ ਰਚਿਆ ਸੀ ਅਤੇ ਘੱਟੋ ਘੱਟ ਚਾਂਦੀ ਦਾ ਤਮਗਾ ਤਾਂ ਉਹਦੇ ਵਾਸਤੇ ਤੈਅ ਸੀ, ਪਰ ਹੁਣ ਉਹ ਖਾਲੀ ਹੱਥ ਪਰਤੇਗੀ। ਵਿਜੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਸਾਜਿਸ਼ ਹੋ ਸਕਦੀ ਹੈ, ਕਿਉਂਕਿ 100 ਗ੍ਰਾਮ ਕੀ ਇਹ ਮਜ਼ਾਕ ਹੈ। ਕਹਿੰਦੇ ਅਸੀਂ ਖਿਡਾਰੀ ਇੱਕ ਰਾਤ 'ਚ 5 ਤੋਂ 6 ਕਿਲੋਗ੍ਰਾਮ ਭਾਰ ਘਟਾ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ ਆਪਣੀ ਭੁੱਖ, ਆਪਣੀ ਪਿਆਸ, ਉਹਦੇ 'ਤੇ ਕਾਬੂ ਕਿਵੇਂ ਰੱਖਣਾ। ਸਾਜਿਸ਼ ਦਾ ਮਤਲਬ ਇਹ ਹੈ ਕਿ ਖੇਡਾਂ 'ਚ ਭਾਰਤ ਦੇ ਵੱਧਦੇ ਕੱਦ ਨੂੰ ਵੇਖ ਕੇ ਕੁਝ ਲੋਕ ਖੁਸ਼ ਨਹੀਂ ਨੇ। ਇਸ ਕੁੜੀ ਨੇ ਕਹਿੰਦੇ ਇੰਨਾ ਕੁ ਦੁੱਖ ਝੁੱਲਿਆ ਕਿ ਕੋਈ ਉਹਦੇ ਲਈ ਕਿੰਨਾ ਦੁਖੀ ਹੋਣਾ ਅਤੇ ਉਹ ਆਪ ਕਿੰਨੀ ਦੁਖੀ ਹੋਣੀ ਹੈ, ਇਹਦਾ ਕਹਿੰਦੇ ਕਿਆਸ ਨਹੀਂ ਕੀਤਾ ਜਾ ਸਕਦਾ। ਮੈਨੂੰ ਕਹਿੰਦੇ ਵਿਸ਼ਵਾਸ ਨਹੀਂ ਕਿ ਵਿਨੇਸ਼ ਅਜਿਹੀ ਗਲਤੀ ਕਰ ਸਕਦੀ ਹੈ। ਉਹਨਾਂ ਨੇ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਆਖਿਆ ਕਿ ਇਹ ਸਾਜਿਸ਼ ਦਾ ਪਰਦਾਫਾਸ਼ ਹੋਣਾ ਚਾਹੀਦਾ। ਇਹਦੇ ਨਾਲ ਹੀ ਭਾਰਤ ਦੇ ਕੁਝ ਸੀਨੀਅਰ ਆਗੂ ਨੇ, ਉਹਨਾਂ ਨੇ ਵੀ ਇਸ ਫੈਸਲੇ ਦੇ ਉੱਤੇ ਲਗਾਤਾਰ ਸਵਾਲ ਖੜ੍ਹੇ ਕੀਤੇ ਨੇ। ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਿਨੇਸ਼ ਫੋਗਾਟ ਨੂੰ ਉਤਸ਼ਾਹਿਤ ਕੀਤਾ ਅਤੇ ਇਹਦੇ ਨਾਲ ਹੀ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਉਹ ਨਿਰਾਸ਼ ਨੇ, ਵਿਨੇਸ਼ ਨੇ ਸਾਡੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਕੀ ਅਤੇ ਕਿਵੇਂ ਹੋਇਆ, ਪਰ ਵਿਨੇਸ਼ ਨੂੰ ਉਹ ਇਨਾਮ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਨੇ ਇਸ ਪੂਰੀ ਘਟਨਾ ਨੂੰ ਦੇਸ਼ ਦਾ ਅਪਮਾਨ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵਿਨੇਸ਼ ਫੋਗਾਟ ਇਤਿਹਾਸ ਰਚਣ ਜਾ ਰਹੀ ਸੀ ਪਰ ਉਸਨੂੰ ਅਯੋਗ ਕਰਾਰ ਦੇ ਦਿੱਤਾ। ਇਹ ਧੱਕਾ ਹੈ, ਇਹ ਬੇਇਨਸਾਫੀ ਹੈ, ਇਹਦੇ ਖਿਲਾਫ਼ ਆਵਾਜ਼ ਜ਼ੋਰਦਾਰ ਤਰੀਕੇ ਨਾਲ ਚੁੱਕੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੂਰਾ ਮੁਲਕ ਵਿਨੇਸ਼ ਦੇ ਨਾਲ ਖੜ੍ਹਾ ਹੈ ਅਤੇ ਭਾਰਤ ਸਰਕਾਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਸੀ ਅਤੇ ਜੇਕਰ ਗੱਲ ਨਾ ਬਣੀ ਤਾਂ 올림픽 ਦਾ ਬਾਈਕਾਟ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਇਹਨਾਂ ਨੇ ਵੀ ਉਹਦੇ ਹੱਕ ਵਿੱਚ ਹਾਦਾ ਨਾਰਾ ਮਾਰਿਆ ਹੈ। ਪੰਜਾਬ ਦੇ ਮੁੱਖ ਮੰਤਰੀ ਉਚੇਚੇ ਤੌਰ 'ਤੇ ਵਿਨੇਸ਼ ਫੋਗਾਟ ਦੇ ਪਿਤਾ ਜੀ ਨੂੰ ਮਿਲ ਕੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟਾ ਕੇ ਆਏ ਨੇ। ਅਤੇ ਹੁਣ ਗੱਲ ਕਰਦੇ ਹਾਂ ਬੇਅਦਬੀ ਮਾਮਲੇ ਦੇ ਵਿੱਚ ਨਿੱਤ ਨਵੀਆਂ ਪਰਤਾਂ ਉਧੜ ਰਹੀਆਂ ਨੇ ਅਤੇ ਸਾਰੇ ਆਪੋ ਆਪਣੇ ਨੂੰ ਸੱਚਾ ਅਤੇ ਸੁੱਚਾ ਅਤੇ ਦੁੱਧ ਤੋਤਾ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ।
ਹੁਣ ਇਸ ਬੇਅਦਬੀ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਖਿਆ ਗਿਆ ਕਿ ਜਿਹੜੇ ਸਾਬਕਾ ਆਈ ਜੀ ਨੇ ਰਣਵੀਰ ਖੱਟੜਾ ਉਹ ਜਾਣ ਬੁੱਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਅਤੇ SGPC ਨੇ ਬੀਤੇ ਦਿਨੀ ਵੀ ਇਹਦਾ ਜਵਾਬ ਦਿੱਤਾ ਸੀ ਅਤੇ ਹੁਣ ਫਿਰ ਪ੍ਰੈਸ ਕਾਨਫਰੰਸ ਕਰਕੇ ਕੁਝ ਤੱਥਾਂ ਅਤੇ ਸਬੂਤਾਂ ਸਮੇਤ ਖੱਟੜਾ ਦੇ ਬਿਆਨਾਂ ਦਾ ਸਪਸ਼ਟੀਕਰਨ ਦਿੱਤਾ ਹੈ। ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਅਤੇ ਰਿਹਾਈ ਦੇ ਸੰਬੰਧ ਵਿੱਚ ਉਹਨਾਂ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ 'ਚ ਲਿਆ ਅਤੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਦੋ ਨੁਕਤਿਆਂ 'ਤੇ ਚਿੱਠੀ ਲਿਖੀ ਜਾ ਰਹੀ ਹੈ ਜਿਸ ਦੇ ਵਿੱਚ ਸਰਕਾਰ ਦੇ ਕੋਲੋਂ ਇਸ ਸੰਬੰਧੀ ਜਵਾਬ ਵੀ ਮੰਗਿਆ ਗਿਆ ਬਲਕਿ ਮੁੱਖ ਮੰਤਰੀ ਦੇ ਨਾਲ ਮਿਲ ਕੇ ਵੀ ਇਹਦੇ ਬਾਬਤ ਕਹਿੰਦੇ ਵਿਚਾਰ ਕੀਤੀ ਜਾਏਗੀ। SGPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕੁਝ ਸਬੂਤ ਦਿਖਾਉਂਦਿਆਂ ਕਿਹਾ ਕਿ ਬੇਅਦਬੀਆਂ ਦੇ ਸੰਬੰਧ ਵਿੱਚ ਚੱਲ ਰਹੇ ਕੇਸਾਂ ਦੀ CBI ਦੇ ਵੱਲੋਂ ਅਦਾਲਤ ਦੇ ਅੰਦਰ July 2019 ਦੇ ਵਿੱਚ ਕਲੋਜ਼ਰ ਰਿਪੋਰਟ ਦਰਜ ਕੀਤੀ ਗਈ ਸੀ ਜਿਸ ਦਾ ਸਖ਼ਤ ਇਤਰਾਜ਼ ਕਰਦਿਆਂ SGPC ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਖੱਟੜਾ ਸਿੱਖ ਸੰਸਥਾ ਭਾਵ SGPC ਦੇ ਵਿਰੁੱਧ ਬੇਬੁਨਿਆਦ ਇਲਜ਼ਾਮ ਲਾ ਰਹੇ ਨੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਦੀ ਕਲੋਜ਼ਰ ਰਿਪੋਰਟ 'ਤੇ ਸਖ਼ਤੀ ਨਾਲ ਅਸਹਿਮਤੀ ਪ੍ਰਗਟਾਈ ਗਈ ਸੀ। ਇਸ ਦੀਆਂ ਨਕਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਰੀ ਵੀ ਕੀਤੀਆਂ। ਉਹਨਾਂ ਕਿਹਾ ਕਿ ਰਿਟਾਇਰਡ IG ਰਣਵੀਰ ਸਿੰਘ ਖੱਟੜਾ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਵਾਲ ਖੜ੍ਹੇ ਕਰਨਾ ਬੇਹੱਦ ਮੰਦਭਾਗ ਹੈ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ 'ਤੇ ਵੀ ਕੁਝ ਸਵਾਲ ਚੁੱਕੇ ਅਤੇ ਨੁਕਤਿਆਂ ਦੇ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਬੇਅਦਬੀ ਮਾਮਲੇ 'ਤੇ ਪੰਜਾਬ ਸਰਕਾਰ ਦੇ ਵੱਲੋਂ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਦੀਪ ਕਲੇਰ ਆਪਣੀ 164 ਦੀ ਸਟੇਟਮੈਂਟ ਵਿੱਚ ਸਿੱਧੇ ਤੌਰ 'ਤੇ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦਾ ਨਾਮ ਲੈ ਰਿਹਾ ਹੈ ਪਰ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ 'ਤੇ ਵੀ ਅੱਜ ਇਹਨਾਂ ਦੀ ਗ੍ਰਿਫਤਾਰੀ ਦੇ ਬਾਰੇ ਕੁਝ ਨਹੀਂ ਕਰ ਰਹੀ। ਪੰਜਾਬ ਸਰਕਾਰ ਨੂੰ ਇਹਦੇ ਪਿੱਛੇ ਗੁੱਝਾ ਭੇਦ ਸਪਸ਼ਟ ਕਰਨਾ ਚਾਹੀਦਾ ਹੈ। ਉਹਨਾਂ ਇਸ ਮਾਮਲੇ ਸੰਬੰਧੀ ਕੁਝ ਕਾਨੂੰਨੀ ਨੁਕਤੇ ਵੀ ਪੇਸ਼ ਕੀਤੇ ਅਤੇ ਕਿਹਾ ਕਿ FIR ਨੰਬਰ 63, 117 ਅਤੇ 128 ਥਾਣਾ ਬਾਜਾਖਾਨਾ 'ਚ ਦਰਜ ਨੇ। ਇਹਨਾਂ ਤਿੰਨੇ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਦੋਸ਼ੀ ਹੈ। ਉਹਨੂੰ ਭਗੌੜਾ ਐਲਾਨਿਆ ਹੋਇਆ ਸੀ। ਜਦ ਉਸਨੂੰ FIR 63 ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਫਿਰ 117 ਅਤੇ 128 'ਚ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਹ ਕਿਹੜੇ ਗੁੱਝੇ ਭੇਦ ਨੇ ਕਿ ਇੱਕ ਹੀ ਥਾਣੇ 'ਚ ਤਿੰਨ ਕੇਸਾਂ ਦੇ ਵਿੱਚੋਂ ਇੱਕ ਕੇਸ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਬਾਕੀ ਦੋ 'ਚ ਕੀਤਾ ਨਹੀਂ ਜਾਂਦਾ? ਉਹਨਾਂ ਇਸ ਗੱਲ 'ਤੇ ਵੀ ਸਵਾਲ ਚੁੱਕੇ ਹੈ ਕਿ ਕਾਨੂੰਨ ਮੁਤਾਬਕ ਅਪਰੂਵਰ ਭਾਵ ਉਹਨੂੰ ਸਰਕਾਰੀ ਗਵਾਹ ਜਾਂ ਉਸਨੂੰ ਜਿਹੜਾ ਜੋ ਕੁਝ ਵੀ ਸਬੂਤ ਪੂਰੇ ਹੋਣ ਤੱਕ ਤਾਂ ਜ਼ਮਾਨਤ ਮਿਲਣੀ ਨਹੀਂ ਸੀ ਚਾਹੀਦੀ, ਪਰ ਕਲੇਰ ਨੂੰ 2 ਮਹੀਨਿਆਂ ਦੇ ਅੰਦਰ ਕਹਿੰਦੇ ਕਿਉਂ ਜ਼ਮਾਨਤ ਦੇ ਦਿੱਤੀ ਗਈ? ਇਹਦੇ ਪਿੱਛੇ ਕੋਈ ਸੌਦੇਬਾਜ਼ੀ ਕੀਤੀ ਗਈ ਹੈ? ਉਹਨਾਂ ਦੱਸਿਆ ਕਿ ਜਦੋਂ ਅਦਾਲਤ ਦੇ ਵਿੱਚੋਂ ਵਾਰੰਟ ਜਾਰੀ ਹੁੰਦੇ ਹੈ ਤਾਂ ਉੱਥੇ ਜ਼ਮਾਨਤ ਦੇਣ ਵੇਲੇ ਵਿਸ਼ੇਸ਼ ਤੌਰ 'ਤੇ ਲਿਖਿਆ ਜਾਂਦਾ ਕਿ ਜੇ ਮੁਲਜ਼ਮ ਕਿਸੇ ਹੋਰ ਕੇਸ ਵਿੱਚ ਲੋੜੀਂਦਾ ਨਹੀਂ ਹੈ ਤਾਂ ਉਸਨੂੰ ਛੱਡ ਦਿੱਤਾ ਜਾਵੇ। ਪਰ ਕਹਿੰਦੇ ਕਲੇਰ ਤਾਂ 2 ਹੋਰ ਕੇਸਾਂ ਦੇ ਵਿੱਚ ਵੀ ਲੋੜੀਂਦਾ ਸੀ, ਫਿਰ ਉਸਨੂੰ ਕਿਉਂ ਛੱਡ ਦਿੱਤਾ ਗਿਆ? ਇੱਥੇ ਕਹਿੰਦੇ ਥਾਣੇ ਦੀ ਵੀ ਅਣਗਹਿਲੀ ਹੈ। ਪਹਿਲਾਂ ਤਾਂ ਥਾਣੇ ਦੇ ਵਿੱਚ 117 ਅਤੇ 128 FIR ਨੰਬਰ ਨੇ ਜਿਹੜੇ, ਉਹਨਾਂ ਕੇਸਾਂ ਦੇ ਵਿੱਚ ਕਲੇਰ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਅਤੇ ਫਿਰ ਕੋਰਟ ਤੋਂ ਵੀ ਆਰਡਰ ਹੋਏ ਕਿ ਇਹ ਕਿਸੇ ਹੋਰ ਕੇਸ ਵਿੱਚ ਲੋੜੀਂਦਾ ਨਹੀਂ ਹੈ। SGPC ਨੇ ਸਵਾਲ ਚੁੱਕਿਆ ਕਿ ਕਿਸ ਸੌਦੇਬਾਜ਼ੀ ਦੇ ਤਹਿਤ ਪਹਿਲਾਂ ਪ੍ਰਦੀਪ ਕਲੇਰ ਦੀ 2 ਕੇਸਾਂ ਦੇ ਵਿੱਚ ਗ੍ਰਿਫਤਾਰੀ ਨਹੀਂ ਪਾਈ ਗਈ ਅਤੇ ਫਿਰ ਅਪਰੂਵਰ ਬਣਾ ਕੇ ਉਸ ਦੀ ਜ਼ਮਾਨਤ ਕਰਵਾਈ ਗਈ? ਇਹਦੇ ਵਿੱਚ ਕਹਿੰਦੇ ਕੋਈ ਡੂੰਘੀ ਸਾਜ਼ਿਸ਼ ਹੈ। ਇਸ ਲਈ ਇਹਨਾਂ ਦੋਵੇਂ ਕਾਰਜਾਂ ਲਈ ਮੁੱਖ ਮੰਤਰੀ ਪੰਜਾਬ ਨੂੰ SGPC ਵੱਲੋਂ ਚਿੱਠੀ ਲਿਖੀ ਜਾ ਰਹੀ ਹੈ। ਉਹਨਾਂ ਕੋਲੋਂ ਇਹਨਾਂ ਦੋਵੇਂ ਗੱਲਾਂ ਦਾ ਜਵਾਬ ਮੰਗਿਆ ਜਾਏਗਾ ਕਿ ਗੁਰਮੀਤ ਰਾਮ ਰਹੀਮ ਦੀ ਇੰਨੀ ਦੇਰ ਤੋਂ ਗ੍ਰਿਫਤਾਰੀ ਕਿਉਂ ਨਹੀਂ ਹੋਈ,
ਅਤੇ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਅਤੇ ਪ੍ਰਦੀਪ ਕਲੇਰ ਦੇ ਕਨਫੈਸ਼ਨ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਹਾਲੇ ਤੱਕ ਅਦਾਲਤ ਵਿੱਚ ਅਰਜ਼ੀ ਪਾ ਕੇ ਉਹਨਾਂ ਦੀ ਬਤੌਰ ਦੋਸ਼ੀ ਸੰਮਣ ਕਿਉਂ ਨਹੀਂ ਭੇਜੀ? ਹੁਣ ਸਵਾਲ ਪੈਦਾ ਇਹ ਹੁੰਦਾ ਕਿ ਜਦੋਂ ਗ੍ਰਿਫਤਾਰੀ ਹੋ ਗਈ, ਮਾਨਯੋਗ ਅਦਾਲਤ ਕਿਸੇ ਵਿਅਕਤੀ ਨੂੰ ਜ਼ਮਾਨਤ ਦਿੰਦੀ ਹੈ, ਕੀ ਜ਼ਮਾਨਤ ਸਰਕਾਰ ਦਿੰਦੀ ਹੈ? ਇਹ ਆਪਣੇ ਆਪ ਦੇ ਵਿੱਚ ਜੁਡੀਸ਼ਰੀ ਦੇ ਉੱਤੇ ਵੀ ਸਵਾਲ ਨੇ। ਅਤੇ ਹੁਣ ਗੱਲ ਕਰਦੇ ਹਾਂ, ਅਕਾਲੀ ਦਲ ਲਗਾਤਾਰ ਆਪਣੀ ਲਕੀਰ ਬਾਗੀਆਂ ਦੇ ਮੁਕਾਬਲੇ ਵੱਡੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਬਾਕੀ ਹਰ ਇੱਕ ਕਮੇਟੀ ਦੇ ਵਿੱਚੋਂ ਛਾਂਗੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁਣ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ। ਇਸ ਸੰਬੰਧੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ ਇੱਕ ਚੇਅਰਮੈਨ ਅਤੇ 5 ਮੈਂਬਰ ਹੋਣਗੇ। ਉਹਨਾਂ ਦੱਸਿਆ ਕਿ ਸੰਸਦੀ ਬੋਰਡ ਦੇ ਪ੍ਰਧਾਨ ਹੋਣਗੇ ਬਲਵਿੰਦਰ ਸਿੰਘ ਭੂੰਦੜ, ਇਹਦੇ ਤੋਂ ਇਲਾਵਾ ਜਨਵੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਚੀਮਾ ਖੁਦ ਅਤੇ ਹੀਰਾ ਸਿੰਘ ਗਾਬੜੀਆ ਇਸ ਦੇ ਮੈਂਬਰ ਹੋਣਗੇ। ਦੱਸਣਾ ਬਣਦਾ ਕਿ ਇਹ ਸਾਰੇ ਉਹ ਆਗੂ ਨੇ ਜਿਹੜੇ ਸੁਖਬੀਰ ਬਾਦਲ ਦੇ ਨਾਲ ਖੜ੍ਹੇ ਨੇ। ਸੰਸਦੀ ਬੋਰਡ ਦੇ ਵਿੱਚ ਬਾਗੀ ਧੜੇ ਦੇ ਵਿੱਚੋਂ ਕਿਸੇ ਵੀ ਮੈਂਬਰ ਨੂੰ ਰੱਖਿਆ ਨਹੀਂ ਗਿਆ। ਹੁਣ ਗੱਲ ਕਰਦੇ ਹਾਂ, ਰਾਘਵ ਚੱਡਾ ਨੇ ਇੱਕ ਹੋਰ ਵੱਡੀ ਮੰਗ ਰੱਖੀ ਹੈ, ਕੇਂਦਰ ਸਰਕਾਰ ਨੂੰ ਇੱਕ ਅਪੀਲ ਕੀਤੀ ਆ। ਅਸਲ ਦੇ ਵਿੱਚ ਇਹ ਮੰਗ ਕਾਫੀ ਵੱਡੀ ਹੈ ਅਤੇ ਚਰੋਕਣੀ ਵੀ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਰਾਘਵ ਚੱਡਾ, ਉਹਨਾਂ ਨੇ ਰਾਜ ਸਭਾ ਦੇ ਵਿੱਚ ਸ਼੍ਰੀ ਨਨਕਾਣਾ ਸਾਹਿਬ ਕੋਰੀਡੋਰ ਦਾ ਹੁਣ ਮੁੱਦਾ ਚੁੱਕਿਆ। ਉਹਨਾਂ ਨੇ ਕੇਂਦਰ ਸਰਕਾਰ ਨੂੰ ਸ਼੍ਰੀ ਨਨਕਾਣਾ ਸਾਹਿਬ ਕੋਰੀਡੋਰ ਲਈ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵਾਂਗ ਸੁਰੱਖਿਅਤ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਅਪੀਲ ਕੀਤੀ ਹੈ। ਉਹਨਾਂ ਨੇ ਰਾਜ ਸਭਾ 'ਚ ਕੇਂਦਰ ਸਰਕਾਰ ਨੂੰ ਸ਼੍ਰੀ ਨਨਕਾਣਾ ਸਾਹਿਬ ਲਈ ਕੋਰੀਡੋਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਮੇਰਾ ਇਕੱਲਿਆਂ ਦਾ ਨਹੀਂ, ਇਹ ਮੁੱਦਾ ਕਰੋੜਾਂ ਪੰਜਾਬੀਆਂ ਅਤੇ ਸਿੱਖਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ। ਮੈਂ ਕਹਿੰਦੇ ਕਿਸਮਤ ਵਾਲਾ ਹੈ, ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਸਦਨ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਹੈ ਜਿਸ ਦੀ ਧਰਤੀ ਗੁਰੂ ਸਾਹਿਬਾਨਾਂ ਦੀ ਕਿਰਪਾ ਦੇ ਨਾਲ ਪਵਿੱਤਰ ਹੈ। 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਦੇਸ਼ ਹੀ ਨਹੀਂ, ਦੋ ਹਿੱਸਿਆਂ ਦੇ ਵਿੱਚ ਪੰਜਾਬ ਵੰਡਿਆ ਗਿਆ। ਪੰਜਾਬ ਦੇ ਦੋ ਟੁਕੜੇ ਹੋਏ, ਇੱਕ ਪਾਕਿਸਤਾਨ ਵਿੱਚ ਰਹਿ ਗਿਆ ਅਤੇ ਦੂਸਰਾ ਭਾਰਤ ਦੇ ਹਿੱਸੇ ਆ ਗਿਆ। ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਜਾਬ ਤੋਂ ਆਪ ਸੰਸਦ ਰਾਘਵ ਚੱਡਾ ਨੇ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮੇਰੇ ਪਰਿਵਾਰ ਸਮੇਤ ਲੱਖਾਂ ਪੰਜਾਬੀ ਪਰਿਵਾਰਾਂ ਦਾ ਖੂਨ ਵਹਿਆ, ਉਹਨਾਂ ਨੂੰ ਖੂਨ ਵਹਾਉਣਾ ਪਿਆ, ਸਾਡੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਉਹਨਾਂ ਤੋਂ ਵਿਛੜ ਗਏ, ਪਰ ਇਸ ਤੋਂ ਵੀ ਵੱਡੀ ਗੱਲ ਇਹ ਹੋਈ ਕਿ ਸਾਡੇ ਗੁਰਧਾਮ ਵੀ ਸਾਡੇ ਤੋਂ ਵਿਛੜ ਗਏ। ਰਾਘਵ ਚੱਡਾ ਨੇ ਦੱਸਿਆ ਕਿ ਅੱਜ ਪਾਕਿਸਤਾਨ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ, ਸ਼੍ਰੀ ਪੰਜਾ ਸਾਹਿਬ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਬਹੁਤ ਸਾਰੇ ਗੁਰਦੁਆਰੇ ਨੇ। ਇਹਨਾਂ ਵਿੱਚੋਂ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਜੋ ਲਾਹੌਰ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉਹਨਾਂ ਨੇ ਰਾਜ ਸਭਾ ਦੇ ਵਿੱਚ ਆਪਣੀ ਮੰਗ ਰੱਖਦਿਆਂ ਕਿਹਾ ਕਿ ਅੱਜ ਮੈਂ ਇਸ ਸਦਨ ਦੇ ਅੱਗੇ ਇੱਕ ਮੰਗ ਲੈ ਕੇ ਆਇਆ। ਸੰਗਤ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੀ ਹੈ। ਇਸ ਸੰਦਰਭ ਦੇ ਵਿੱਚ ਅੱਜ ਮੈਂ ਸਦਨ ਦੇ ਰਾਹੀਂ ਸਰਕਾਰ ਦੇ ਅੱਗੇ 3 ਛੋਟੀਆਂ ਛੋਟੀਆਂ ਮੰਗਾਂ ਰੱਖਣੀਆਂ ਚਾਹੁੰਦਾ। ਉਹਨਾਂ ਨੇ ਕਿਹਾ ਕਿ ਮੇਰੀ ਪਹਿਲੀ ਮੰਗ ਇਹ ਹੈ ਕਿ ਜਿਸ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾ ਕੇ ਸੰਗਤਾਂ ਨੂੰ ਦਰਸ਼ਨਾਂ ਦਾ ਮੌਕਾ ਮਿਲਿਆ ਅਤੇ ਮੱਥਾ ਟੇਕਣ ਦਾ ਪ੍ਰਬੰਧ ਕੀਤਾ ਗਿਆ, ਉਸੇ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਕੋਰੀਡੋਰ 'ਤੇ ਵੀ ਕੰਮ ਕੀਤਾ ਜਾਏ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਮਿਲ ਕੇ ਇੱਕ ਗਲਿਆਰਾ ਬਣਾਉਣਾ ਚਾਹੀਦਾ ਹੈ ਤਾਂ ਜੋ ਭਾਰਤ ਤੋਂ ਸ਼ਰਧਾਲੂ ਸ਼੍ਰੀ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰ ਸਕਣ। ਉਹ ਕਹਿੰਦੇ ਮੇਰੀ ਦੂਸਰੀ ਮੰਗ ਇਹ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਵੀਜ਼ਾ
ਪਾਸਪੋਰਟ ਫੀਸ ਜਾਂ ਕਿਸੇ ਵੀ ਗੁੰਝਲਦਾਰ ਫਾਰਮ ਦੀ ਲੋੜ ਨਹੀਂ ਹੋਣੀ ਚਾਹੀਦੀ, ਸਗੋਂ ਇਹਦੀ ਇੱਕ ਸਰਲ ਜੀ ਪ੍ਰਕਿਰਿਆ ਹੋਵੇ। ਆਪਣੀ ਤੀਸਰੀ ਮੰਗ ਉਹਨਾਂ ਨੇ ਕਹੀ ਕਿ ਅੰਮ੍ਰਿਤਸਰ ਦੇ ਵਾਹਗਾ ਅਟਾਰੀ ਬਾਰਡਰ ਤੋਂ ਸ਼੍ਰੀ ਨਨਕਾਣਾ ਸਾਹਿਬ ਜੀ ਦੀ ਦੂਰੀ 104 ਕਿਲੋਮੀਟਰ ਹੈ। ਇਹ ਦੂਰੀ ਕਾਰਾਂ ਜਾਂ ਬੱਸ ਰਾਹੀਂ ਤਕਰੀਬਨ 2.5 ਘੰਟੇ ਦੇ ਵਿੱਚ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਮੈਂ ਇਸ ਸੜਕ ਨੂੰ ਸੁਰੱਖਿਅਤ ਰੂਟ ਬਣਾਉਣ ਦੀ ਮੰਗ ਕਰਦਾ। ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਅੰਮ੍ਰਿਤਸਰ ਤੋਂ ਲਾਹੌਰ ਵਾਇਆ ਨਨਕਾਣਾ ਸਾਹਿਬ ਦਾ ਰਸਤਾ ਸੁਰੱਖਿਅਤ ਬਣਾ ਦੇਣਾ ਚਾਹੀਦਾ, ਤਾਂ ਜੋ ਸ਼ਰਧਾਲੂ ਉੱਥੇ ਜਾ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ। ਉਹਨਾਂ ਨੇ ਕਿਹਾ ਕਿ ਜੇਕਰ ਇਹ ਮੰਗ ਪੂਰੀ ਹੋ ਜਾਂਦੀ ਹੈ ਤਾਂ ਪੂਰੀ ਦੁਨੀਆ 'ਚ ਸ਼ਾਂਤੀ ਅਤੇ ਸਦਭਾਵਨਾ ਦਾ ਵੱਡਾ ਸੁਨੇਹਾ ਜਾਏਗਾ। ਨਾਲ ਹੀ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਕਰੋੜਾਂ ਸ਼ਰਧਾਲੂਆਂ ਦਾ ਆਸ਼ੀਰਵਾਦ ਮਿਲੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਵੀ ਇਸ ਸੰਬੰਧੀ ਭਾਰਤ ਸਰਕਾਰ ਨੂੰ ਪੂਰਾ ਸਹਿਯੋਗ ਕਰੇਗੀ। ਦੱਸਣਾ ਬਣਦਾ ਹੈ ਕਿ ਨਨਕਾਣਾ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪੈਂਦਾ। ਨਨਕਾਣਾ ਸਾਹਿਬ 1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਪਾਕਿਸਤਾਨ ਦੇ ਹਿੱਸੇ ਚਲਾ ਗਿਆ ਸੀ। ਦੱਸਣਾ ਬਣਦਾ ਹੈ ਕਿ ਇਹਦੇ ਤੋਂ ਪਹਿਲਾਂ ਰਾਘਵ ਚੱਡਾ ਨੇ ਬਰਤਾਨੀਆ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ, ਜਿਹੜਾ ਉਹ ਸਿੰਘਾਸਣ ਹੈ, ਉਹ ਵਾਪਸ ਲਿਆਉਣ ਦਾ ਮੁੱਦਾ ਵੀ ਸੰਸਦ ਵਿੱਚ ਚੁੱਕਿਆ ਸੀ। ਅਤੇ ਆਹ ਜਿਹੜੀ ਖਬਰ ਹੈ ਇਹ ਕਾਫੀ ਮੰਦਭਾਗੀ ਖਬਰ ਹੈ। ਖਬਰ ਫਤਿਹਗੜ੍ਹ ਸਾਹਿਬ ਤੋਂ ਮਿਲੀ ਹੈ। ਉੱਥੇ ਦੋ ਨਿਹੰਗ ਸਿੰਘਾਂ ਦੇ ਵਿਚਕਾਰ ਲੜਾਈ ਹੋਈ ਹੈ। ਇਹਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਦੂਸਰੇ ਨਿਹੰਗ ਸਿੰਘ ਦਾ ਹੱਥ ਉਹਦੇ ਸਰੀਰ ਨਾਲੋਂ ਵੱਖ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਘੋੜਿਆਂ ਦੀ ਸੇਵਾ ਨੂੰ ਲੈ ਕੇ ਦੋਵਾਂ ਦੇ ਵਿੱਚ ਝਗੜਾ ਹੋਇਆ। ਇਹ ਲੜਾਈ ਇੰਨੀ ਕੁ ਵਧੀ ਕਿ ਇੱਕ ਨਿਹੰਗ ਸਿੰਘ ਨੇ ਤਲਵਾਰ ਦੇ ਨਾਲ ਦੂਸਰੇ ਦੇ ਉੱਤੇ ਹਮਲਾ ਕੀਤਾ ਅਤੇ ਉਹਦਾ ਹੱਥ ਵੱਢ ਦਿੱਤਾ। ਹੁਣ ਇਹ ਖਬਰ ਮਿਲੀ ਹੈ ਕਿ ਇੱਕ ਨਿਹੰਗ ਸਿੰਘ ਨੇ ਜਦੋਂ ਦੂਸਰੇ 'ਤੇ ਤਲਵਾਰ ਨਾਲ ਵਾਰ ਕੀਤਾ ਤਾਂ ਉਹਨੇ ਆਪਣੇ ਬਚਾਅ ਦੇ ਵਾਸਤੇ ਆਪਣਾ ਹੱਥ ਇੰਜ ਅੱਗੇ ਕੀਤਾ ਅਤੇ ਉਹਦਾ ਹੱਥ ਵੱਢਿਆ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹਮਲਾ ਕਰਨ ਵਾਲੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਦੀ ਪਹਿਚਾਣ ਜਸਵੀਰ ਸਿੰਘ ਵਾਸੀ ਮਹੱਤੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੁਖਬੀਰ ਸਿੰਘ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਨੇ ਕਿ ਉਹ ਆਪਣੇ ਦੋਸਤ ਗੁਰਜੰਟ ਸਿੰਘ ਦੇ ਨਾਲ, ਜਿਹੜਾ ਕਿ ਅਲੀਪੁਰ ਦੇ ਨਾਲ ਸੰਬੰਧਿਤ ਹੈ, ਗੁਰਦੁਆਰਾ ਸ਼੍ਰੀ ਜੋਤੀ ਸਰੂਪ ਦੇ ਨੇੜੇ ਨਿਹੰਗ ਸਿੰਘਾਂ ਦੀ ਜਿਹੜੀ ਬਰੋਟਾ ਛਾਉਣੀ ਆ ਉਹਦੇ ਵਿੱਚ ਘੋੜਿਆਂ ਦੀ ਸੇਵਾ ਕਰ ਰਿਹਾ ਸੀ, ਤਾਂ ਨਾਲ ਹੀ ਗੁਰਜੰਟ ਸਿੰਘ ਬਾਜ਼ ਨਾਮ ਦੇ ਘੋੜੇ ਦੀ ਸੇਵਾ ਕਰ ਰਿਹਾ ਸੀ। ਇਸ ਮੌਕੇ ਨਿਹੰਗ ਜਸਵੀਰ ਸਿੰਘ ਨੇ ਆ ਕੇ ਗੁਰਜੰਟ ਨੂੰ ਕਿਹਾ ਕਿ ਬਾਜ਼ ਘੋੜੇ ਦੀ ਸੇਵਾ ਉਹ ਕਰੂਗਾ, ਜਿਸ 'ਤੇ ਜਵਾਬ ਦਿੰਦਿਆਂ ਗੁਰਜੰਟ ਨੇ ਕਿਹਾ ਕਿ ਪਹਿਲਾਂ ਉਹ ਸੇਵਾ ਕਰੇਗਾ, ਬਾਅਦ 'ਚ ਤੁਸੀਂ ਕਰ ਲਿਓ। ਕਹਿੰਦੇ ਇਹਦੇ 'ਤੇ ਗੁੱਸੇ 'ਚ ਆ ਗਿਆ ਜਸਵੀਰ ਸਿੰਘ ਨਿਹੰਗ। ਉਹਨੇ ਬਾਜ਼ ਘੋੜੇ ਦੀ ਧੌਣ 'ਤੇ ਹਮਲਾ ਕਰ ਦਿੱਤਾ। ਘੋੜਾ ਡਰ ਕੇ ਉੱਥੋਂ ਭੱਜ ਗਿਆ, ਜਿਸ ਤੋਂ ਬਾਅਦ ਉਹਨੇ ਗੁਰਜੰਟ ਸਿੰਘ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹਦਾ ਜਿਹੜਾ ਹੱਥ ਹੈ ਉਹ ਸਰੀਰ ਦੇ ਨਾਲੋਂ ਵੱਖ ਹੋ ਗਿਆ। ਇਹਦੇ ਤੋਂ ਬਾਅਦ ਗੁਰਜੰਟ ਸਿੰਘ ਨੂੰ PGI ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮਿਲੀ ਹੈ ਕਿ ਗੁਰਜੰਟ ਸਿੰਘ ਦਾ PGI 'ਚ ਆਪਰੇਸ਼ਨ ਤੋਂ ਬਾਅਦ ਹੱਥ ਜੋੜ ਦਿੱਤਾ ਗਿਆ। ਪੁਲਿਸ ਵੱਲੋਂ ਮੌਕੇ 'ਤੇ ਕਾਰਵਾਈ ਕਰਦੇ ਹੋਏ ਨਿਹੰਗ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਦੱਸਿਆ ਗਿਆ ਕਿ ਪਹਿਲਾਂ ਵੀ ਕੁੱਟਵਾਰ ਦੇ ਮਾਮਲੇ 'ਚ ਉਹ ਭਗੌੜਾ ਸੀ, ਉਹਨੂੰ ਅਦਾਲਤ ਵੱਲੋਂ ਹੁਣ ਜੇਲ੍ਹ ਭੇਜ ਦਿੱਤਾ ਗਿਆ। ਇਹ ਸੀ ਦੋਸਤੋ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ।
ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।